ਮੈਚ ਸ਼ੁਰੂ ਕਰਾਇਆ ਜਾਵੇ। ਅਕਾਰ ਮਾਨ ਭਾਜੀ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ, ਇਹਨਾਂ ਨੇ ਬਹੁਤ ਪੋਜ਼ਿਟਿਵ ਤਰੀਕੇ ਨਾਲ ਸਾਨੂੰ ਸਹਿਯੋਗ ਦਿੱਤਾ ਫੈਡਰੇਸ਼ਨ ਨੂੰ ਖੜਾਉਣ ਦੇ ਲਈ, ਟੀਮਾਂ ਨੂੰ ਖੜਾਉਣ ਦੇ ਲਈ। ਅਕਾਰ ਸਿੰਘ ਮਾਨ ਸਾਹਿਬ, ਥੈਂਕ ਯੂ ਸੋ ਮੱਚ ਫਰੋਮ ਦਾ ਬਿਹਾਫ ਆਫ ਦਾ ਸੁਸਾਇਟੀ, ਅਸੀਂ ਸਾਰੇ ਮੈਂਬਰ ਸਾਹਿਬਾਨ ਵੱਲੋਂ। ਜਵਾਹਰ ਸਿੰਘ ਜੀ ਪੱਟਾ ਸਾਹਿਬ, ਮਹਿੰਦੀ ਵਿਰਕ ਭਾਜੀ, ਅਕਾਰ ਸਿੰਘ ਜੀ ਮਾਨ, ਲਾਲੀ ਸੀ ਵੀਰਾ, ਜਵਾਹਰ ਸਿੰਘ ਜੀ ਪੱਟਾ ਸਾਹਿਬ, ਮੇਜਰ ਸਿੰਘ ਜੀ ਬਰਾੜ ਕੈਲਗਰੀ ਤੋਂ ਪਹੁੰਚੇ ਨੇ, ਇਹਨਾਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਜੇ ਲਾਲੀ ਢੇਸੀ ਸਾਹਿਬ ਔਰ ਲਾਲੀ ਨਰਵਾਲ ਵੀਰਾ, ਲੱਕੀ ਜੌਲ ਸਾਹਿਬ, ਲੱਕੀ ਜੌਲ ਸਾਹਿਬ ਕਿੱਥੇ ਨੇ, ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਆ। ਉਹਨਾਂ ਨੇ ਪੋਜ਼ਿਟਿਵ ਤਰੀਕੇ ਨਾਲ ਰਿਸਪੋਂਸ ਦਿੱਤਾ ਇਸ ਫੈਡਰੇਸ਼ਨ ਨੂੰ ਇੱਥੇ ਖੇਡਣ ਦੇ ਲਈ, ਸੋ ਤੁਹਾਡਾ ਧੰਨਵਾਦ। ਔਰ ਮੱਖਣ ਵਾਲੀ ਭਾਜੀ ਲੱਖਾ ਸਿੱਧਵਾਂ ਸਾਹਿਬ, ਖਾਲੋ ਇਲਾਚੀਆਂ, ਖਾਲੋ ਮਿਸ਼ਰੀ, ਕਰ ਦਿਓ ਮਾਹੌਲ ਗਰਮ। ਪਹਿਲਾ ਸੈਮੀਫਾਈਨਲ ਕਬੱਡੀ ਫੈਡਰੇਸ਼ਨ ਆਫ ਬੀਸੀ ਐਂਡ ਐਸੋਸੀਏਸ਼ਨ, ਸੈਕੰਡ ਸੈਮੀ ਦੇ ਲਈ ਯੂਨਾਈਟਡ ਬੀਸੀ ਫ੍ਰੈਂਡਸ ਕਬੱਡੀ ਕਲੱਬ ਦੇ ਪੰਜਾਬ ਟਾਈਗਰ ਦੀਆਂ ਟੀਮਾਂ ਉਹ ਤਿਆਰ ਰਹਿਣਗੀਆਂ, ਉਹ ਸੈਕੰਡ ਸੈਮੀ ਖੇਡਿਆ ਜਾਊਗਾ। ਇਹ ਸਕੈਜੂਅਲ ਹੈ ਇਹਨਾਂ ਮੈਚਾਂ ਦਾ, ਨਾ ਜਿਹੜੀ ਖੇਡ ਮੈਦਾਨ ਦੇ ਨਾਲ ਅੰਮ੍ਰਿਤ ਨਾਥ ਐਫਪੋਰਟ ਦੀ ਖੇਡ ਕਲੱਬ ਦਾ ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ ਮਲੇਰਕੋਟਲੇ ਦਾ, ਨਾ ਸੰਗਰੂਰ ਦਾ ਏਰੀਆ, ਕਈ ਹੋਏ ਰੇਡ ਇਸ ਖਿਡਾਰੀ ਦੀ, ਚਾਰ ਇੱਧਰ ਵੀ ਮੰਨੇ ਪਰ ਬੰਨੇ ਨੇ, ਪਰ ਸਮਾਂ ਸਭ ਤੋਂ ਮੰਨਿਆ ਪਰ ਬੰਨਿਆ, ਸਮਾਂ ਬਲਵਾਨ। ਆ ਸ਼ਕਰਪੁਰੀਆ ਫਰਿਆਦ ਟੱਕਰਨ ਦੀ ਕੋਸ਼ਿਸ਼ ਕਰਦਾ, ਫੜਦਾ ਗੁੱਟ ਫੜਨ ਦੀ ਕੋਸ਼ਿਸ਼ ਕਰਦਾ, ਪਰ ਧਾਵੀ ਬਹੁਤ ਵਧੀਆ ਨੰਬਰ ਜੋੜਦਾ ਆਪਣੀ ਟੀਮ ਦੇ ਲਈ। ਅਗਲੀ ਕਬੱਡੀ ਪਾਉਣ ਦੇ ਵਾਸਤੇ ਚਿੱਤ ਬਾਲ ਚਿੱਤੀ ਬਾਲ ਸਾਰੇ ਸਪੋਂਸਰਾਂ ਦਾ ਤੇ ਸਮੁੱਚੀ ਸਿੱਖ ਯੂਥ ਸਪੋਰਟਸ ਸੋਸਾਇਟੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਦਾ ਸਹਿਯੋਗ ਵੱਡਾ ਹੈ। ਲਾਲੀ ਸਿੱਧੂ ਜੀ ਗੁਲਜ਼ਾਰ ਟਰਾਂਸਪੋਰਟ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ, ਉਹਨਾਂ ਦਾ ਵੀ ਵੱਡਾ ਸਹਿਯੋਗ। ਲਾ ਖੇਡ ਕਬੱਡੀ ਮੈਦਾਨ ਦੇ ਵਿੱਚ, ਚਿੱਤ ਬਾਲ ਔਰ ਦੂਸਰੇ ਪਾਸੇ ਸ਼ਾਕਾ ਕੋਸ਼ਿਸ਼ ਕਰਦਾ ਹੋਇਆ ਡੱਕ ਲੈਣ ਦੀ ਸਫਲਤਾ, ਕਿਹਦੇ ਕਦਮ ਜੁੰਮੇਗੀ ਗੁੱਲੂ ਪੱਡਾ ਜੀ ਇਸ਼ਾਰਾ ਕਰਦੇ ਹੋਏ ਐਫਪੁਰ ਦੀ ਖੇਡ ਕਲੱਬ ਦੇ ਲਈ। ਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਅੰਦਰ ਬਿਲਾਲ ਮੋਹਸਨ, ਚਾਰ ਬਰ ਤਿਆਰ ਕਬੱਡੀ ਖਿਡਾਰੀ, ਇੱਧਰ ਇਹ ਵੀ ਚਾਰ ਮੰਨੇ ਪਰ ਬੰਨੇ ਨੇ, ਰਾਵੀ ਜੇਲਮ ਬਿਆਸ ਚਨਾਬ ਸਤਲੁਜ ਇਕੱਠੇ ਵਗਦੇ ਦਾ ਨਹੀਂ ਟੌਰ ਭੁੱਲਦਾ, ਲੀਗ ਵਗੀ ਜਦੋਂ ਪੰਜਾਬ ਦੀ ਹਿੱਕ ਉੱਤੇ ਨਹੀਂ ਵਿਛੋੜੇ ਵਾਲਾ ਉਹ ਦੌਰ ਭੁੱਲਦਾ, ਕਸੂਰ ਹਸਨ ਅਮਦਾਲ ਦੇ ਝੰਗ ਪਿੰਡੀ, ਨਾ ਹੀ ਮੁਲਤਾਨ ਦੇ ਰਾਹੀਂ ਪਿਸ਼ਾਵਰ ਭੁੱਲਦਾ, ਮੱਥਾ ਜਾ
ਪਹਿਲੀ ਕਬੱਡੀ ਬੋਲ ਹੋਇਆ। ਹੁਣ ਆਜ਼ਾਦ ਪੰਜਾਬ ਕੇਸਰੀ ਦੇ ਚਾਰ ਜਾਫੀ ਨੇ, ਇਹ ਕਾਲੇ ਸੰਘਿਆ ਦੀ ਧਰਤੀ ਦਾ ਇਸ ਸਮੇਂ ਸਦੀ ਅਸਦੀ ਕੋਸ਼ਿਸ਼ ਕਰਦਾ ਹੋਇਆ ਤਗੜਾ ਜਫਾ ਲਾਉਣ ਦੀ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜ਼ੋਰ। ਹੁਣ ਦੇਖਾਂਗੇ ਕੀ ਫੈਸਲਾ ਹੋਵੇਗਾ। ਮਾਸਟਰ ਬਲਜੀਤ ਸਿੰਘ ਜੀ ਰਤਨਗੜ੍ਹ ਜਾਫੀ ਦੇ ਕੁਛ ਫੈਸਲਾ ਦਿੰਦੇ ਹੋਏ, ਇੱਕ ਦਾ ਵਾਧਾ ਇੰਗਲੈਂਡ ਦੇ ਸੀਜ਼ਨ ਦਾ ਬੈਸਟ ਜਾਫੀ ਰਿਹਾ। ਕਾਲੇ ਸੰਘਿਆ ਵਾਲਾ ਸਨੀ ਬੱਲੇ ਬੱਲੇ ਕਰਵਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਅਗਲੀ ਕਬੱਡੀ ਇਹ ਬਲਨੋ ਦੀ ਧਰਤੀ ਦਾ ਸਮੇਂ, ਮੰਨਾ ਨਕੋਦਰ ਦੇ ਏਰੀਏ ਦਾ ਸਮੇਂ, ਅੱਗੇ ਵੱਲ ਵਧਿਆ ਹੋਇਆ। ਹੁਣ ਵੇਖਾਂਗੇ ਤੁਗਿਆ ਵਾਲਾ ਖੁਸ਼ੀ ਕਿਹੋ ਜਿਹਾ ਕਮਾਲ ਕਰੇਗਾ। ਪਰ ਪੁਆਇੰਟ ਇਸ ਸਮੇਂ ਮੰਨਾ ਬਲਨੋ ਵਾਲਾ ਇੱਕ ਦਾ ਵਾਧਾ ਕਰਦਾ ਹੋਇਆ। ਅੱਛਾ ਮੈਚ ਪੰਜਾਬ ਟਾਈਗਰ ਵਰਸਸ ਕੈਲਗਰੀ ਯੂਨਾਈਟਿਡ, ਪੰਜਾਬ ਟਾਈਗਰ ਹਾਂਜੀ ਕੈਲਗਰੀ ਯੂਨਾਈਟਿਡ ਸੈਮੀ ਫਾਈਨਲ। ਧੰਨਵਾਦ ਬਹੁਤ ਬਹੁਤ ਜੀ ਜਗਿੰਦਰ ਚਾਲ ਸਾਹਿਬ, ਬਹੁਤ ਬਹੁਤ ਧੰਨਵਾਦ ਆ। ਬੇਨਤੀ ਹੈ ਬੀਸੀ ਯੂਨਾਈਟਿਡ ਫਰੈਂਡਸ ਕਲੱਬ ਕੈਲਗਰੀ ਤੇ ਦੂਸਰੇ ਪਾਸੇ ਪੰਜਾਬ ਟਾਈਗਰ ਕਬੱਡੀ ਕਲੱਬ ਦੀਆਂ ਟੀਮਾਂ ਨੂੰ ਦੂਜੇ ਸੈਮੀਫਾਈਨਲ ਲਾਓ। ਹਾਂ ਫਿਲਹਾਲ ਮੌਸਮ ਦੀ ਕਬੱਡੀ ਤੇ ਇਹ ਸਮੇਂ ਫਰਿਆਦ ਸ਼ਕਰਪੁਰੀਆ, ਪਰ ਪੁਆਇੰਟ ਮਾਸਟਰ ਜੀ ਕਹਿੰਦੇ ਢਾਬੀ ਦੇ ਹੱਕ ਵਿੱਚ ਹੁੰਦਾ ਹੋਇਆ। ਇਹ ਪੁਆਇੰਟ ਅਹਿਮਦ ਫੋਰਡ ਕਬੱਡੀ ਕਲੱਬ ਦੇ ਲਈ ਇੱਕ ਅੱਗ ਦਾ ਵਾਧਾ ਹੁੰਦਾ ਹੋਇਆ। ਬਲਰਾਜ ਸਿੰਘ ਜੀ ਬੈਂਸ ਹੋਣਾ ਦਾ ਵੱਡਾ ਸਹਿਯੋਗ ਆ, ਸੋਨੀ ਝਾਵਰ ਦਾ, ਇਕਬਾਲ ਸਿੰਘ ਮਾਨ ਹੋਣਾ ਦਾ, ਜਸਵਿੰਦਰ ਸਿੰਘ ਗਿੱਲ ਹੋਣਾ ਦਾ ਲਾਓ ਸਹਿਯੋਗ ਤੇ ਚਿੱਤਪਾਲ ਚਿੱਟੀ ਵਾਲਾ ਇੱਕ ਅੱਗ ਦਾ ਵਾਧਾ ਕਰਦਾ ਹੋਇਆ। ਤਾਰਾ ਗਿੱਲ ਹੋਣਾ ਦਾ ਵੱਡਾ ਸਹਿਯੋਗ ਆ, ਮੀਡੀਆ ਦੀ ਦੁਨੀਆ ਦੇ ਵਿੱਚ ਵੀ ਵੱਡਾ ਨਾਮ ਆ। ਲਓ ਅਗਲੀ ਕਬੱਡੀ ਸ਼ੰਕਰ ਇਸ ਸਮੇਂ ਖੇਡ ਮੈਦਾਨ ਦੇ ਵਿੱਚ, ਇਹ ਆ ਸਦਮਾ ਵਾਲਾ ਆ ਗੁਰਦਾਸਪੁਰੀ ਆ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਇਸ ਪਈ ਹੋਈ ਕਬੱਡੀ ਤੇ। ਹੁਣ ਵੇਖਾਂਗੇ ਆ ਕੌਣ 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 ਪਾਉਂਦਾ ਹੈ ਧਮਾਲਾ ਮੇਰੇ ਦੋਸਤ। ਵਾਹ ਇਹ ਮਾਰਦੇ ਤਾੜੀਆਂ ਜਹਾਜ਼ ਤੇ ਨਵਾਬ ਕਬੱਡੀ ਦਾ। ਹਾਂ ਇਹ ਨਵਾਬ ਸ਼ੰਕਰ ਸ਼ੈਂਕੀ ਤੋਂ ਪਿਆਰ ਦੇ ਨਾਲ ਕਹਿੰਦੇ ਨੇ ਬਹੁਤ ਬਹੁਤ ਧੰਨਵਾਦ। ਲਓ ਇਹ ਸ਼ਾਜੀ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ। ਸ਼ਹਿਜਾਦਾ ਖੇਡ ਕਬੱਡੀ ਦਾ ਟੋਰਾਂਟੋ ਦੇ ਸੀਜ਼ਨ ਦਾ ਬੈਸਟ ਧਾਵੀ ਬਣਿਆ, ਇਸ ਸਮੇਂ ਵਰਲਡ ਕੱਪ ਦਾ ਬੈਸਟ ਧਾਵੀ ਬਣਿਆ, ਉਰੀ ਛੰਨਾ ਵਾਲਾ ਸੀਜ਼ਨ ਦਾ ਬੈਸਟ ਬਣਿਆ। ਲਓ ਇਸ ਸਮੇਂ ਜੱਗਾ ਆ ਗੋਲਡਨ ਬੋਏ ਚਿੱਟੀ ਵਾਲਾ ਲਾ ਤਗੜਾ ਜੱਫਾ ਇੱਕ ਅੱਗ ਦਾ ਵਾਧਾ ਕਰਦਾ ਹੋਇਆ। ਉਧਰ ਬਿੰਦਾ ਢੱਡਾ ਜੀ ਨੇ ਕੌਮ ਦੇ ਢਾਡੀ ਫਨਕਾਰ ਸਾਹਮੇ ਡੰਸੀ ਵਾਲੀਆਂ ਰੁਲਜੂ ਆ ਮਾਂ ਬੋਲੀ ਜਿਹਨਾਂ ਕੌਮ ਦੇ ਢਾਡੀ ਫਨਕਾਰ ਸਾਹਮੇ। ਅਗਲੀ ਗੱਲ ਮੱਖਣ ਅਲੀ ਜੀ ਲੱਖਾ ਸਿੱਧਵਾ ਜੀ ਬਾਲਰਾਂ ਵਾਲੇ ਮਨੇ ਦੀ ਰੇਡ ਨਕੋਦਰੀਆ ਮੁੰਡਾ ਐਨ ਮਿਲਦਾ ਫਿਰਦਾ ਪਰ ਦੋਗਾਂ ਵਾਲਾ ਦੁੱਖ ਦੁੱਖ ਕਰਾਉਂਦਾ ਦੁਨੀਆਂ ਦੇ ਮੈਦਾਨਾਂ ਦੇ ਅੰਦਰ। ਇਹਦੀ ਖੇਡ ਦੇ ਦੀਵਾਨੇ ਮਹੌਤ ਨੇ ਪਰਵਾਨੇ ਬਾਦ ਧਾਵੀ ਦੇ ਹਿੱਸੇ ਦੇ ਵਿੱਚ ਤਾਰਾ ਗਿੱਲ ਦਾਦੂ ਵਾਲੀ ਆ ਮੀਡੀਆ ਦੀ ਦੁਨੀਆਂ ਦੇ ਵਿੱਚ ਵੀ ਨਾਮ ਵੱਡਾ ਹੈ ਨਾ ਕਬੱਡੀ ਪਾਉਣ ਦੇ ਲਈ ਕੌਣ ਫਿਰ ਅੰਮ੍ਰਿਤ ਆ ਗਿਆ ਇਹ ਵੀ ਚਿੜਦੀ ਜੀ ਵਿਦੇਸ਼ ਦਾ ਮੁੰਡਾ ਕਿ ਵੀਵਾਂ ਟੱਪਿਆ ਕਿਵੇਂ ਸਾਲ ਹੋ ਗਿਆ ਕੱਦ ਘੱਟ ਮੁੰਡੇ ਦਾ ਕਮਾਲ ਹੋ ਗਿਆ ਚੜ੍ਹਗੀ ਜਵਾਨੀ ਕਹਿੰਦੇ ਅਥਰੀ ਜੀ ਜੱਟ ਦੇ ਪਾਉਂਦਾ ਹੈ ਕਬੱਡੀ ਦੇਖੋ ਥਾਪੀ ਮਾਰ ਪੜਦੇ ਪੜਦੇ ਮਾਰ ਥਾਪੀ ਕਈ ਰੇਡ ਮੈਦਾਨ ਬੱਲੇ ਬੱਲੇ ਹੋ ਗਈ ਕਮਾਲ ਕਰਦਾ ਹੋਇਆ ਇਹ ਗੋਲਡਨ ਬੋਏ ਹੈ ਬਿਲਾਲ ਮੋਸਨ ਢਿੱਲੋਂ ਦੀ ਰੇਡ ਪਈ ਹੋਈ ਹਰ ਖਿਡਾਰੀ ਦਾ ਆਪਣਾ ਅੰਦਾਜ਼ ਹੈ ਦੁਨੀਆਂ ਦੇ ਖੇਡ ਮੈਦਾਨਾਂ ਦੇ ਅੰਦਰ ਖੇਡਣ ਦਾ ਪਰ ਉਧਰਲੇ ਪਾਸੇ ਸ਼ੰਕਰਪੁਰੀਏ ਦਾ ਅੰਦਾਜ਼ ਦੁਗਾਲ ਦੇ ਨਰਿੰਦਰ ਬਿੱਟੂ ਦੇ ਨਾਲ ਥੋੜਾ ਥੋੜਾ ਮਿਲਦਾ ਹੈ ਹਰ ਖਿਡਾਰੀ ਆਪੋ ਆਪਣਾ ਸਟਾਈਲ ਸੋ ਦਿਖਾਉਂਦਾ ਇਹਨਾਂ ਮੈਦਾਨਾਂ ਦੇ ਅੰਦਰ ਜਲ ਵੀ ਨੌਜਵਾਨਾਂ ਪਾ ਫਿਰ ਕਬੱਡੀ ਅੱਗੇ ਵੱਧ ਕੇ ਦੇਖਦੇ ਵੀ ਸ਼ਾਹ ਜੀ ਸ਼ੰਕਰਪੁਰੀਆ ਭੋਗਪੁਰ ਦੇ ਲਾਗੇ ਕਰਕੇ ਸੋ ਛੋਟਾ ਜਿਹਾ ਸ਼ੰਕਰਪੁਰ ਪਿੰਡ ਦੁਨੀਆਂ ਦੇ ਵਿੱਚ ਪ੍ਰਸਿੱਧੀ ਵੱਡੀ ਮਿਲ ਗਈ ਮਲੂਕ ਵਰਗੇ ਫਰਿਆਦ ਵਰਗੇ ਸ਼ਾਹ ਜੀ ਵਰਗੇ ਖੇਡਦੇ ਖੇਡਦੀ
ਸਭ ਪਈ ਹੋਈ ਰੇਡ ਆਜ਼ਾਦ ਪੰਜਾਬ ਕੇਸਰੀ ਦੀ ਟੀਮ ਦਾ ਇਹ ਨੌਜਵਾਨ ਉਧਰ ਧਰਮੇ ਸੋਤੇ ਵਰਗੇ ਤੇ ਨਾਲ ਆਪਣੀ ਟੀਮ ਦੀ ਨਾਲ ਸਾਡੇ ਅਵਤਾਰ ਸਿੰਘ ਜੀ ਢੇਸੀ ਇਹਦੇ ਪਾਸੇ ਸੁੱਖ ਬੱਤੋ ਤੇ ਬਲਾਜ ਸੰਘਾ ਹੋਣੀ ਕੋਚਿਸ ਮੈਨੇਜਰ ਸਾਰਿਆਂ ਦਾ ਧੰਨਵਾਦ। ਅਗਲੇ ਮੈਚ ਵਾਲੀਆਂ ਟੀਮਾਂ ਪੰਜਾਬ ਟਾਈਗਰ ਕਬੱਡੀ ਕਲੱਬ ਤੇ ਯੂਨਾਈਟਡ ਬੀਸੀ ਫ੍ਰੈਂਡਸ ਕਬੱਡੀ ਕਲੱਬ ਕੈਲਗਰੀ ਅਗਲਾ ਮੈਚ ਖੇਡਿਆ ਜਾਊਗਾ ਉਹ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਲੱਗ ਗਿਆ ਜਾਣ ਸੈਕਿੰਡ ਸੈਮੀ ਫਾਈਨਲ ਦਾ ਰੇਲ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਕੌਣ ਨੇਤਰ ਦਾ ਸ਼ੰਕਰ ਆ ਗਿਆ ਗੁਰਦਾਸਪੁਰੀ ਅੱਗੇ ਮੱਖਣ ਵਾਲੀ ਭਾਜੀ ਕੇ ਨਾ ਸੈਮੀ ਫਾਈਨਲ ਤੇ ਭਲਵਾਨਾਂ ਦੇ ਜਿਹੜੇ ਰੈਸਲਿੰਗ ਦੇ ਮੈਚ ਪੈਂਡਿੰਗ ਭੁੱਲਰ ਅਖਾੜੇ ਤੋਂ ਗੁਰੂ ਹਰਗੋਬਿੰਦ ਰੈਸਲਿੰਗ ਕਲੱਬ ਤੋਂ ਜੌਹਲ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਔਰ ਜਿੰਨੇ ਵੀ ਸਾਡੇ ਰੈਸਲਿੰਗ ਵਾਲੇ ਕਲੱਬ ਨੇ ਬਹੁਤ ਸਤਿਕਾਰਯੋਗ ਨੇ ਉਹਨਾਂ ਨੂੰ ਬੇਨਤੀ ਆ ਕਿ ਤਿਆਰੀ ਤੁਸੀਂ ਵੀ ਆਪਣੇ ਮੈਟ ਜਿੰਨਾ ਵੀ ਇਕਿਪਮੈਂਟ ਆ ਤੁਹਾਡਾ ਉਹਨੂੰ ਤਿਆਰ ਕਰਕੇ ਰੱਖਿਓ ਕਾਇੰਡਲੀ ਆਪਣੇ ਕੋਲ ਟਾਈਮ ਬਹੁਤ ਥੋੜ੍ਹਾ ਹੋਵੇਗਾ ਔਰ ਬਹੁਤ ਥੋੜ੍ਹੇ ਸਮੇਂ 'ਚ ਆਪਾਂ ਜ਼ਿਆਦਾ ਕੁਝ ਅੱਜ ਲੋਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕਰਨੀ ਆ ਸੋ ਤਿਆਰੀ ਕਰਕੇ ਰੱਖੋ ਭਲਵਾਨੋ ਭਲਵਾਨਾਂ ਦਾ ਕੰਮ ਹੈ ਸਾਡਾ ਤਿਆਰ ਰਹਿਣਾ ਸੋ ਤਿਆਰ ਰਹੋ ਜੀ। ਖੇਡ ਦਾ ਕੋਈ ਹਾਕੀ ਮੈਦਾਨ ਦੇ ਅੰਦਰ ਹੁੰਦਲ ਸਾਹਿਬ ਨੇ ਦੱਸਿਆ ਵੀ ਇੱਕ ਛੱਤਰੀ ਨੇ ਇਹ ਕਬੱਡੀ ਪਾਉਣ ਦੇ ਵਾਸਤੇ ਸ਼ਾਹਜੀ ਮੈਦਾਨ ਦੇ ਅੰਦਰ ਵਿਧਲੇ ਪਾਸੇ ਅਪੀਲ ਕੀਤੀ ਰਗਵੀਰ ਸਿੰਘ ਜੀ ਨਿੱਜਰ ਸਾਹਿਬ ਤੇ ਬਹੁ ਚੀਮਾਂ ਜੀ ਚੇਅਰਮੈਨ ਜੀ ਉਹਨਾਂ ਦਾ ਉਧਮ ਸਿੰਘ ਜੀ ਹੁੰਦਲ ਸਾਹਿਬ ਦਾ ਤੇ ਨਾਲ ਰਣਵੀਰ ਸਿੰਘ ਜੀ ਨਿੱਜਰ ਜਰਨੈਲ ਸਿੰਘ ਜੀ ਸਰਾਜ ਸਾਹਿਬ ਹਰਮਨ ਸਿੰਘ ਜੀ ਬਰਾੜ ਤੇ ਜੋਗਿੰਦਰ ਸਿੰਘ ਜੀ ਬਲਰਾਜ ਸਿੰਘ ਜੀ ਬੈਂਸ ਸਾਹਿਬ ਸੋਨੀ ਝਾਵਰ ਜੀ ਇਕਬਾਲ ਸਿੰਘ ਜੀ ਮਾਨ ਜਸਵਿੰਦਰ ਸਿੰਘ ਜੀ ਗਿੱਲ ਤਾਰਾ ਸਿੰਘ ਜੀ ਗਿੱਲ ਤੇ ਮਿੰਦੀ ਵਿਰਕ ਜੀ ਚੇਅਰਮੈਨ ਨਾਲ ਮਨਰੂਪ ਸਿੰਘ ਜੀ ਧਨੋਆ ਤੇ ਗੁਰਜਨ ਸਿੰਘ ਜੀ ਸੰਧੂ ਸਾਹਿਬ ਬਿੱਲਾ ਔਜਲਾ ਜੀ ਭੁਪਿੰਦਰ ਸਿੰਘ ਜੀ ਮੰਡ ਤੇ ਹਰਵਿੰਦਰ ਸਿੰਘ ਜੀ ਧਨਵਾਲ ਬਾਬ ਜੀਮਾ ਜੀ ਤੇ ਨਾਲ ਜੋਗਿੰਦਰ ਸਿੰਘ ਜੀ ਚਾਲ ਮੈਂ ਤੇ ਵਧੀਆ ਸੇਵਾਵਾਂ ਨੇ ਮੈਦਾਨ ਦੇ ਅੰਦਰ ਨਾ ਕਬੱਡੀ ਪਾਉਣ ਦੇ ਚਿੱਤ ਪਾਲ ਔਰ ਚਿੱਟੀ ਵਾਲਾ ਫਿਰ ਭੱਜਿਆ ਜਾਂਦਾ ਨੌਜਵਾਨ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੁੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਸੋ ਗੁੱਡ ਟਰੈਕਿੰਗ ਦਾ ਬਹੁਤ ਵੱਡਾ ਸਹਿਯੋਗ ਹੈ ਸਨ ਫਾਰਮ ਦਾ ਧੰਨਵਾਦ ਹੈ ਨਿਜੇ ਟਰੈਕਿੰਗ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹਾਰਲਿੰਗ ਟਰੈਕਿੰਗ ਦਾ ਬਹੁਤ ਵੱਡਾ ਸਹਿਯੋਗ ਗਿੱਲ ਲੈਂਡਸਕੇਪਿੰਗ ਗਿੱਲ ਲੈਂਡਸਕੇਪਿੰਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੇ ਐਸ ਡੀ ਟਰੱਕ ਟ੍ਰੇਲਰ ਰਿਪੇਅਰ ਦਾ ਵੱਡਾ ਸਹਿਯੋਗ ਹੈ ਲਾਲੀ ਬ੍ਰਦਰਸ ਐਕਸਪਰਟ ਸਿੰਘ ਜੀ ਔਜਲਾ ਹਿਲਟਨ ਸਿਕਿਉਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਮੱਖਣ ਵਾਲੀ ਭਾਜੀ ਲੱਖਾ ਸਿਰਮਾ ਸਾਹਿਬ ਔਰ ਜਿੰਨੇ ਸਾਡੇ ਸਪੌਂਸਰ ਸਹਿਬਾਨ ਨੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਜਿੰਨਾ ਚਿਰ ਉਹ ਆਪਣੀ ਮਾਇਆ ਦੇ ਨਾਲ ਟਰੰਕ ਨਹੀਂ ਨਾ ਖੋਲ੍ਹਦੇ ਤੇ ਇਹ ਪੋਸੀਬਲ ਨਹੀਂ ਟੂਰਨਾਮੈਂਟ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਸੋ ਹਮੇਸ਼ਾ ਜਿਹੜਾ ਵੱਡਾ ਸਹਿਯੋਗ ਆ ਸਾਡੇ ਸਪੌਂਸਰ ਸਹਿਬਾਨ ਕਰਦੇ ਨੇ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਪੌਂਸਰ ਡਰਾਈਵਿੰਗ ਸਕੂਲ ਟੱਚ ਲਾਈਨ ਹੋਮਸ ਗੋਲਡਨ ਇੰਟਰਪ੍ਰਾਈਜ਼ ਪੰਜਾਬ ਫੋਰੈਕਸ ਵੈਜੀ ਹੱਟ ਪੀਜ਼ਾ ਆਰ ਐਸ ਗਿੱਲ ਐਕਸਪ੍ਰੈਸ ਲਿਮਿਟਡ ਪ੍ਰਾਪ ਰੈਸਟੋਰੈਂਟ ਐਂਡ ਕੇਟਰਿੰਗ ਬਾਕੀ ਵੀ ਸਪੌਂਸਰ ਸਹਿਬਾਨ ਦੀ ਸਾਂਝ ਪਾਵਾਂਗੇ ਕੰਟੀਨਿਊ ਭਾਜੀ ਲਓ ਬਹੁਤ ਬਹੁਤ ਧੰਨਵਾਦ ਹੁੰਦਲ ਸਾਹਿਬ ਲਓ ਇਹ ਇਸ ਸਮੇਂ ਮੰਨਾ ਬਾਲੋ ਦੀ ਧਰਤੀ ਦੇ ਹਾਲ ਸਮੇਂ ਤੋਂ ਬਾਅਦ ਫਿਰ ਖੇਡ ਇਸ ਸਮੇਂ ਜਾਰੀ ਆ ਔਰ ਦੂਸਰੇ ਪਾਸੇ ਐਵਸਵੋਰਡ ਕਬੱਡੀ ਕਲੱਬ ਦੇ ਚਾਰ ਜਾਫੀਆਂ ਵਿੱਚੋਂ ਛਾਕੇ ਨਾਲ ਟੱਚ ਤੇ ਪੁਆਇੰਟ ਬਾਲੋ ਵਾਲਾ ਮੰਨਾ ਇਸ ਸਮੇਂ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਲਈ ਇੱਕ ਅੱਗ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਅਗਲੀ ਕਬੱਡੀ ਸ਼ੰਕਰ ਇਸ ਸਮੇਂ ਗੁਰਦਾਸਪੁਰੀ ਆ ਸੰਧਵਾ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਅਗਲੀ ਵੀਕ ਸੰਡੇ ਨੂੰ ਐਡਮਿੰਟਨ ਦੇ ਵਿੱਚ ਰੌਣਕਾਂ ਹੋਣਗੀਆਂ ਇਸੇ ਫੈਡਰੇਸ਼ਨ ਦਾ ਵੱਡਾ ਕੱਪ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵੱਲੋਂ ਸੋ ਸੱਦੇ ਬੇਨਤੀ ਨੇ ਲਓ ਇਸ ਸਮੇਂ ਸ਼ੰਕਰ ਦੀ ਪਈ ਕਬੱਡੀ ਦੇ ਫਰਿਆਦ ਕੋਸ਼ਿਸ਼ ਕਰਦਾ ਪਰ ਪੁਆਇੰਟ ਸ਼ੰਕਰ ਇੱਕ ਅੱਗ ਦਾ ਵਾਧਾ ਕਰਦਾ ਹੋਇਆ ਇਸ ਸਮੇਂ ਕੇਸਰੀ ਗੁਰੂ ਘਰ ਦਾ ਮਿੱਤਰੋ ਲੱਗਿਆ ਹੋਇਆ ਮੇਲਾ ਕਿਤੇ ਕਬੱਡੀ ਕਿਤੇ ਵਾਲੀਬਾਲ ਕਿਤੇ ਕੁਸ਼ਤੀ ਦੇ ਖੇਲਾਂ ਦੂਰੋਂ ਦੂਰੋਂ ਆਏ ਦਰ
ਦਰਸ਼ਕ ਵੇਖਣ ਖੇਡ ਕਬੱਡੀ ਲੱਖੇ ਸਦਮਾ ਅੱਜ ਦੇ ਕੱਪ ਤੇ ਆ ਰੌਣਕ ਲੱਗੀ ਵੱਡੀ ਗੁਰੂ ਘਰ ਦੇ ਕੱਪ ਤੇ ਹਰ ਸਾਲ ਰੌਣਕ ਲੱਗਦੀ ਵੱਡੀ ਲਾਓ ਇਸ ਸਮੇਂ ਆ ਪਈ ਹੋਈ ਸ਼ਾਜੀ ਦੀ ਕਬੱਡੀ ਦੇ ਚਿੱਟੀ ਵਾਲਾ ਜੱਗਾ ਇਸ ਸਮੇਂ ਜੱਗਾ ਆ ਜੱਗਾ ਜੱਗਾ ਦੇ ਦੂਜੇ ਪਾਸੇ ਸ਼ਾਜੀ ਆ ਹੰਦੇ ਨੇ ਮੁਕਾਬਲਾ ਓ ਵਾਓ ਸ਼ਾਜੀ ਤੇਰੀ ਸਾ ਤੇਰੀਆਂ ਬਹੁਤ ਸੋਹਣਾ ਨੰਬਰ ਇਸ ਸਮੇਂ ਸ਼ਹਿਜਾਦਾ ਸ਼ਾਜੀ ਇੱਕ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਇਹ ਗੱਲ ਬੋਲਿਆ ਇਹ ਆ ਇਸ ਸਮੇਂ ਰਵੀ ਕੈਲਰਮ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਹਰਿਆਣੇ ਵਾਲਾ ਬੜੀ ਜਿੱਦ ਜਾਨ ਦੇ ਨਾਲ ਪਾਉਂਦਾ ਹੋਇਆ ਦੂਸਰੇ ਪਾਸੇ ਇਹ ਆ ਇੰਗਲੈਂਡ ਦੇ ਸੀਜ਼ਨ ਦਾ ਬੈਸਟ ਯਾਫੀ ਸਨੀ ਇਸ ਸਮੇਂ ਕਾਲਾ ਸੰਘਿਆ ਵਾਲਾ ਇਸ ਸਮੇਂ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਰਵੀ ਹਰ ਰਵੀ ਇਸ ਸਮੇਂ ਕੈਲਰਮ ਵਾਲਾ ਇੱਕ ਦਾ ਵਾਧਾ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਅਗਲੀਆਂ ਟੀਮਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਅਗਲੀਆਂ ਟੀਮਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਇਸ ਮੈਚ ਤੋਂ ਰਾਈਟ ਆਫਟਰ ਜਿਹੜਾ ਅਗਲਾ ਮੈਚ ਹੈ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਸੋ ਇੱਕ ਨਿਜਰ ਸਾਹਿਬ ਮਾਈਕ ਤੋਂ ਬੋਲਣ ਦਾ ਕਈ ਵਾਰੀ ਬੜਾ ਫਾਇਦਾ ਹੁੰਦਾ ਸੋ ਭੁੱਲਰਾਂ ਅਖਾੜੇ ਤੋਂ ਉਹਨਾਂ ਦੇ ਭਾਂਜਾ ਸਾਹਿਬ ਨੇ ਮਨਜੀਤ ਸਿੰਘ ਦੀ ਕੈਲਾ ਪ੍ਰੋ ਸਟਾਰ ਟਰੈਕਿੰਗ ਆ ਉਹਨਾਂ ਦੀ ਉਹਨਾਂ ਨੇ $1,000 ਜਿਹੜਾ ਟੂਰਨਾਮੈਂਟਾਂ ਦੇ ਪ੍ਰਬੰਧਾਂ ਤੋਂ ਖੁਸ਼ ਹੋ ਕੇ ਉਹ ਸਿੱਖ ਯੂਥ ਦੀ ਸਪੋਰਟਸ ਸੁਸਾਇਟੀ ਨੂੰ ਦਿੱਤਾ ਸੋ ਤੁਸੀਂ ਵੀ ਜੇ ਡੋਨੇਸ਼ਨ ਦੇਣੀ ਚਾਹੁੰਦੇ ਹੋ ਜੀ ਸਦਕੇ ਸਟੇਜ 'ਤੇ ਆਇਓ ਤਾਂ ਕਿ ਅਸੀਂ ਤੁਹਾਡਾ ਮਾਣ ਸਨਮਾਨ ਵੀ ਕਰ ਸਕੀਏ ਔਰ ਤੁਹਾਡੀ ਸਾਂਝ ਜਿਹੜੀ ਆ ਉਹ ਦਰਸ਼ਕਾਂ ਨਾਲ ਪਾਵਾਂਗੇ ਸੋ ਜੇ ਤੁਸੀਂ ਡੋਨੇਸ਼ਨ ਕਰਨੀ ਚਾਹੁੰਦੇ ਹੋ ਵੈਲਕਮ ਆ ਤੁਹਾਡਾ ਸਟੇਜ 'ਤੇ ਤੁਸੀਂ ਆ ਸਕਦੇ ਹੋ ਸੋ ਧੰਨਵਾਦ ਇੱਕ ਵਾਰੀ ਫਿਰ ਜੋ ਕੈਲਾ ਟਰੈਕਿੰਗ ਮਨਜੀਤ ਸਿੰਘ ਜੀ ਕੈਲਾ ਭਾਂਜੇ ਨੇ ਭੁੱਲਰਾਂ ਦੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਪਹਿਲਾ ਸੈਮੀ ਫਾਈਨਲ ਕਬੱਡੀ ਫੈਡਰੇਸ਼ਨ ਆਫ ਬੀ ਸੀ ਐਂਡ ਐਸੋਸੀਏਸ਼ਨ ਦੀ ਇਹ ਬਿਹਤਰ ਖੇਡਣ ਵਾਲੀਆਂ ਟੀਮਾਂ ਦਾ ਹੋ ਰਿਹਾ ਹੈ ਚਿੱਟੇ ਰੰਗ ਦੀ ਖੇਡ ਦੇ ਵਿੱਚ ਆਜ਼ਾਦ ਪੰਜਾਬ ਕੇਸਰੀ ਦੀ ਖੇਡ ਕਲੱਬ ਹੈ ਦੂਸਰੇ ਪਾਸੇ ਐਬਫੋਰਡ ਕਬੱਡੀ ਕਲੱਬ ਦੀ ਟੀਮ ਵੀ ਇੰਗਲੈਂਡ ਦੇ ਕਬੱਡੀ ਸੀਜ਼ਨ ਦਾ ਬੈਸਟ ਚੁਣਿਆ ਗਿਆ ਕਾਲੇ ਸੰਘਿਆਂ ਦਾ ਸਨੀ ਜਿਹੜਾ ਹੋਰ ਲੱਗਦਾ ਵੀ ਬੈਸਟ ਵਾਲਾ ਜੱਫਾ ਲਾ ਪਾਊ ਕੇ ਨਹੀਂ ਲਾ ਪਾਊ ਕੇ ਨਹੀਂ ਲਾ ਪਾਊ ਕੇ ਨਹੀਂ ਇੱਕ ਪਾਸੇ ਸਨੀ ਇੱਕ ਪਾਸੇ ਢਿੱਲੋ ਇੱਕ ਪਾਸੇ ਯਾਰ ਪੰਜਾਬ ਕੇਸਰੀ ਦੀ ਟੀਮ ਦੇ ਹਿੱਸੇ ਇਹ ਵੈਸਟ ਵਾਲਾ ਜੱਫਾ ਲੱਗ ਗਿਆ 2024 ਦਾ ਕਬੱਡੀ ਸੀਜ਼ਨ ਕੋਈ ਟੋਰਾਂਟੋ ਦਾ ਬੈਸਟ ਹੈ ਕੋਈ ਇੰਗਲੈਂਡ ਦਾ ਬੈਸਟ ਹੈ ਕੋਈ ਯੂਰਪ ਦਾ ਬਣੇਗਾ ਕੋਈ ਬੀਸੀ ਦਾ ਬਣੇਗਾ ਆਹ ਟੋਰਾਂਟੋ ਦੇ ਕੈਨੇਡਾ ਕਬੱਡੀ ਕੱਪ ਦਾ ਬੈਸਟ ਬਣ ਗਿਆ ਮੇਰੇ ਵੀਰੇ 2024 ਦੇ ਕਬੱਡੀ ਸੀਜ਼ਨ ਦਾ ਆਹ ਬੈਸਟ ਵਾਲਾ ਆਹ ਸਾਜੀ ਆਹ ਫਰਿਆਦ ਦਾ ਵੀਰ ਉਹ ਭੱਜ ਤੁਰਿਆ ਉਹ ਭੱਜ ਤੁਰਿਆ ਮੇਰੇ ਵੀਰੇ ਮੈਚ ਐਨ ਉੱਚ ਕੋਟੀ ਦਾ ਮੈਚ ਐਨ ਕਹਿੰਦੇ ਨੈਕ ਟੂ ਨੈਕ ਫਾਈਟ ਹੈ ਕਬੱਡੀ ਦਾ ਨਵਾਬ ਸਿੱਤਵਾਂ ਵਾਲਿਓ ਕਬੱਡੀ ਦਾ ਜਹਾਜ਼ ਪ੍ਰੋਫੈਸਰ ਸਾਹਿਬ ਆਖਦੇ ਹੁੰਦੇ ਆ ਵੀ ਇਸ ਸਮੇਂ ਬੋਇੰਗ 747 ਡ੍ਰੀਮ ਲਾਈਨਰ ਲੈਂਡ ਹੋ ਗਿਆ 22,000 ਪਰ ਆਹ ਦੇਖਿਓ ਵੀ ਸ਼ੰਕਰ ਦੀ ਕਬੱਡੀ ਤੇ ਬਾਏ ਆ ਚੱਲਿਆ ਸ਼ੰਕਰ ਕਬੱਡੀ ਦਾ ਜਹਾਜ਼ ਕਬੱਡੀ ਦਾ ਜਹਾਜ਼ ਮੇਰੇ ਵੀਰੇ ਮੇਜਰ ਸਿੰਘ ਜੀ ਬਰਾੜ ਪ੍ਰਧਾਨ ਨੇ ਸੰਸਥਾ ਦੇ ਸਮੇਂ ਮੰਨਾ ਫੇਰ ਬੰਧਨਾ ਵਾਲਾ ਕਬੱਡੀ ਪਾ ਰਿਹਾ ਨਿਊਯਾਰਕ ਪੇਂਟਿੰਗ ਵਾਲੇ ਇਹਨਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਲਓ ਮੰਨੇ ਦੀ ਕਬੱਡੀ ਮੈਚ ਕਹਿੰਦੇ ਐਨ ਫਸਿਆ ਪਿਆ ਐਨ ਫਸਿਆ ਪਿਆ ਤੇ ਫੈਸਲੇ ਕੀ ਹੈ ਬਲਜੀਤ ਸਿੰਘ ਜੀ
ਇਹ ਫੈਸਲੇ ਧਾਵੀ ਦੇ ਹੱਕ ਦੇ ਵਿੱਚ ਜੁੜਦੇ ਹੋਏ ਆਜ਼ਾਦ ਪੰਜਾਬ ਕੇਸਰੀ ਦੀ ਖੇਡ ਕਲੱਬ ਦੇ ਹਿੱਸੇ ਹੈ। ਸਿੱਧਵਾ ਵਾਲਿਆ, ਇਹ ਲੌਂਗ ਵੀਕਐਂਡ ਹੈ, ਲੇਬਰ ਡੇ ਵੀਕਐਂਡ ਹੈ ਮੇਰੇ ਵੀਰੇ, ਸਮਰ ਦੇ ਲਾਸਟ ਵਾਲੇ ਦਿਨ ਨੇ, ਗੋਲਡਨ ਪੀਰੀਅਡ ਚੱਲ ਰਿਹਾ ਸਮਰ ਦਾ, ਪਰ ਉਹ ਦੇਖਿਓ ਆਹ ਵੀ ਗੋਲਡਨ ਪੀਰੀਅਡ ਇਸ ਨੌਜਵਾਨ ਤੇ, ਇਹਦੀ ਵੀ ਫੁੱਲ ਚੜ੍ਹਾਈ, ਇਹਦੀ ਵੀ ਫੁੱਲ ਚਰਚਾ। ਆਹ ਨੌਜਵਾਨ ਕਹਿੰਦੇ ਰਵੀ ਹੈ, ਕੈਲਰਮ ਵਾਲਾ ਪਹਿਲੇ ਸਾਲ ਖੇਡਣ ਲਈ ਆਇਆ, ਦੂਸਰੇ ਪਾਸੇ ਫਰਿਆਦ ਇਹ ਵੀ ਕੈਨੇਡਾ ਦੇ ਕਬੱਡੀ ਕੱਪਾਂ ਦਾ ਬੈਸਟ ਰਿਹਾ ਮੇਰੇ ਵੀਰੋ, ਬੈਸਟ ਰਿਹਾ। ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਫੇਰ ਸਾਜੀ ਦੀ, ਸਾਜੀ ਦੀ ਅਗਲੀ ਰੇਤ, ਸ਼ਹਿਜ਼ਾਦਾ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਹੈ ਤਿਆਰ, ਬੜ ਤਿਆਰ ਨੇ। ਚਿੱਟੀ ਵਾਲਾ ਜੱਗਾ, ਦੁੱਗਾ ਵਾਲਾ ਖੁਸ਼ੀ, ਅਲਗੋ ਕੋਠੀ ਵਾਲਾ ਜੱਗਾ ਦੇ ਨਾਲ ਦਿਆਲਪੁਰੀ ਸ਼ਾਖਾ, ਚਾਰ ਬੰਦੇ ਪਰ ਬੰਦੇ ਨੇ ਐਪਸਪੋਰਟ ਦੀ ਖੇਡ ਕਲੱਬ ਦੇ। ਲਓ ਸਾਜੀ ਦੀ ਰੇਡ ਪਈ ਹੋਈ, ਔਰ ਚਿੱਟੀ ਵਾਲਾ ਫਿਰ ਪੁੱਛੇਗਾ ਹਾਂ ਸ਼ਗਿਰਦ ਹੈ ਸਨੀ ਕਾਲਾ ਸੰਗਿਆਂ ਵਾਲਾ, ਨਾਲ ਗੜੀ ਤਰਖਾਣਾ ਵਾਲਾ ਜੱਟ ਤੇ ਨਾਲ ਸਨੀ ਵਰਗੇ ਨੌਜਵਾਨ ਤੇ ਨਾਲ ਦੀਸ਼ੇ ਵਰਗੇ ਮੰਨੇ ਪਰ ਬਣੇ ਕਬੱਡੀ ਦੇ ਖਿਡਾਰੀ। ਲਾਓ ਦੂਸਰੇ ਪਾਸੇ ਕੌਣ, ਬੱਗੇ ਪਿੰਡ ਦਾ ਮੰਗੀ ਆਕਰ ਦਾ ਹੱਕ ਗੋਸ਼ੇ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ, ਇੱਕ ਹੋਰ ਨੰਬਰ ਜੁੜਦਾ ਪੰਜਾਬ ਟਾਈਗਰਸ ਕਬੱਡੀ ਕਲੱਬ, ਔਰ ਦੂਸਰੇ ਪਾਸੇ ਯੂਨਾਈਟਡ ਬੀਸੀ ਫਰੈਂਡਸ ਕਬੱਡੀ ਕਲੱਬ ਕੈਲਗਰੀ। ਸੈਕੰਡ ਸੈਮੀ ਵੀ ਬਾਅਦ ਚੋਟੀ ਰੱਖੇ, ਪਿੰਡੀਆਂ ਵੀ ਬਣ ਜਹਾਜ਼ ਜਾਂਦਾ ਵਿੱਚ ਮੈਦਾਨ ਦੇ ਉਡਾਨ ਭਰੀ ਰੱਖੇ। ਇੱਧਰ ਚਿੱਟੀ ਵਾਲਾ ਜੱਗਾ ਨਾ ਤਗੜਾ ਜਫਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ, ਇਹਨੂੰ ਗੋਲਡਨ ਬੋਆਇ ਆਖਿਆ ਗਿਆ, ਸੁੰਦਰ ਜਿਹਾ ਕਬੱਡੀ ਖਿਡਾਰੀ, ਸੁੰਦਰ ਜਿਹਾ ਨੰਬਰ ਜੋੜਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ। ਬਿਲਾਲ ਫਿਰ ਆ ਗਿਆ ਮੈਦਾਨ ਦੇ ਅੰਦਰ, ਬਿਲਾਲ ਮੋਹਸਨ ਦੀ ਰੇਡ ਪੈਂਦੀ ਹੋਈ, ਪੈਂਦੀਆਂ ਕਬੱਡੀਆਂ ਚੜ ਚੜ ਕੇ, ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ, ਕੋਈ ਖੜ ਕੇ ਕੋਈ ਬੈਠ ਕੇ ਖੇਡ ਕਬੱਡੀ ਦਾ ਆਨੰਦ ਮਾਣਦਾ, ਸਾਰੇ ਪ੍ਰੇਮੀਆਂ ਦਾ ਧੰਨਵਾਦ। ਲਓ ਕਿਧਰੇ ਪਾਸੇ ਬਿਲਾਲ ਸ਼ਾਨਦਾਰ ਨੰਬਰ ਜੋੜਦਾ ਹੋਇਆ ਕਿ ਮਹਾਬਲੀ ਰਣਜੀਤ ਸਿੰਘ ਹੋਇਆ, ਨਾਲ ਜ਼ੋਰ ਦੇ ਮੁਲਕ ਹਲਾਇਆ ਗਿਆ, ਮੁਲਤਾਨ ਕਸ਼ਮੀਰ ਪਿਸ਼ਾਵਰ ਚੰਬਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ, ਹੋਰ ਮੁਲਕ ਨੇ ਚੀਨ ਲੱਦਾਖ ਦੌੜੀ, ਸਿੱਖਾ ਆਪਣੇ ਨਾਮ ਚੜਾਇਆ ਗਿਆ, ਸ਼ਾਹ ਮੁਹੰਮਦ ਆਜ਼ਾਦ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਲਓ ਖੇਡ ਕਬੱਡੀ, ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ, ਸ਼ਾਹ ਮੁਹੰਮਦ ਦਾ ਲਿਖਿਆ ਜੰਗਨਾਮਾ, ਇਧਰਲੇ ਪਾਸੇ ਬੁਲਾਰਿਆਂ ਦੇ ਵੱਖੋ ਵੱਖਰੇ ਅੰਦਾਜ਼, ਔਰ ਗੀਤਕਾਰਾਂ ਦੇ ਵੀ ਵੱਖੋ ਵੱਖਰੇ ਅੰਦਾਜ਼। ਲਓ ਸ਼ਾਦੀ ਭਜਿਆ ਜਾਂਦਾ, ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ, ਅਗਲੀ ਰੇਡ ਫਿਰ ਸ਼ੰਕਰ ਦੀ, ਗੁਰਦਾਸਪੁਰੀਏ ਦੀ ਰੇਡ ਮੈਦਾਨ ਦੇ ਅੰਦਰ ਪੈਂਦੀ ਹੋਈ। ਆਓ ਛੱਬੇ ਵਰਗੇ, ਬਾਪੂ ਵਰਗੇ, ਦੁਨੀਆਂ ਦੇ ਧੁਰੰਤਰ ਕਬੱਡੀ ਖਿਡਾਰੀ ਸੁਖਰਾਜ ਸਿਕੰਦਰ ਵਰਗੇ ਪੈਦਾ ਹੋਏ, ਉਸ ਜ਼ਿਲ੍ਹੇ ਦੇ ਬੱਲੇ ਬੱਲੇ ਕਰਾਉਣ ਵਾਲੇ ਨੌਜਵਾਨ, ਉਹ ਪੰਜਾਬ ਦੀ ਧਰਤੀ ਭਾਗਾਂ ਵਾਲੀ, ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਆਓ ਖੇਡਾਂ ਦੇ ਖਿਡਾਰੀਆਂ ਦੀ ਧਰਤੀ ਹੈ, ਸੂਰਮਿਆਂ ਯੋਧਿਆਂ ਦੀ ਧਰਤੀ ਹੈ, ਪਰ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਆਪ ਦੇਖ ਲੈ ਵੀ ਜਹਾਜ਼, ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ, ਬਹੁਤ ਵਧੀਆ ਐਕਸ਼ਨ ਮੁੰਡੇ ਨੇ, ਇਹਦਾ ਸੁਭਾਅ ਵਧੀਆ, ਕਦੇ ਜਹਾਜ਼ ਤੇ ਕਦੇ ਨਵਾਬ। ਲਓ ਕਬੱਡੀ ਪਾਉਣ ਦੇ ਵਾਸਤੇ ਚਿੱਤ ਪਾਲ, ਲਓ ਚਿੱਤ ਪਾਲ ਆ ਇਸ ਸਮੇਂ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ, ਦੂਜਾ ਸੈਮੀ ਫਾਈਨਲ ਪੰਜਾਬ ਟਾਈਗਰਸ ਕਬੱਡੀ ਕਲੱਬ ਐਵ ਫੋਰਟ ਯੂਨਾਈਟਡ ਬੀਸੀ ਫਰੈਂਡਸ ਕਲੱਬ ਕਹਿਣ ਗਿਰੋ, ਚਿੱਤ ਪਾਲ ਤੇਰਾ ਜੱਗਾ ਚਿੱਟੀ ਵਾਲਾ ਮੇਰੇ ਵੀਰਿਓ, ਪਰ ਪੁਆਇੰਟ ਚਿੱਤ ਪਾਲ, ਚਿੱਤ ਨਹੀਂ ਉਹ ਬੰਦੇ ਨੂੰ ਡਲਾਉਣਾ ਚਾਹੀਦਾ, ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ, ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ। 8 ਤਰੀਕ ਸ਼ਹੀਦ ਭਗਤ ਸਿੰਘ ਸਪੋਰਟ ਕਲੱਬ ਐਡਮਿੰਟਨ ਦੇ ਕਬੱਡੀ ਕੱਪ ਦੀ ਹੋਣੀ ਹੈ, 8 ਤਰੀਕ ਅਲਬਰਟਾ ਦੀ ਰਾਜਧਾਨੀ ਕੈਪੀਟਲ ਆਇਲਰ ਸਿਟੀ ਐਡਮਿੰਟਨ ਹੋਣਗੀਆਂ, ਪਰ ਅੱਜ ਸਿੱਖ ਯੂਥ ਸਪੋਰਟਸ ਫੈਸਟੀਵਲ, ਅੱਜ ਦਾ ਇਹ ਸਰੀ ਦਾ ਵੱਡਾ ਕਬੱਡੀ ਕੱਪ ਇਸ ਗੁਰੂ ਘਰ ਦੀਆਂ ਗਰਾਊਂਡਾਂ ਦੇ ਵਿੱਚ। ਲਓ ਪਈ ਹੋਈ ਕਬੱਡੀ ਮੈਦਾਨ ਦੇ ਵਿੱਚ ਰਵੀ ਦੀ ਤੇ ਨੰਬਰ
ਇਹ ਬਸੋੜ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਸਾਰੀ ਹੀ ਰੱਬ ਰੂਪੀ ਸੰਗਤ ਦਾ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਤੇ ਹੈ ਸਾਰੇ ਸਪੋਂਸਰ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਲਓ ਜੁੜੀਆ ਹਿੱਸਾ ਵੇ ਫਿਰ ਲੱਖਿਆ ਮੰਨਾ ਕਬੱਡੀ ਪਾ ਰਿਹਾ ਸ਼ਾਟ ਬਾਜਾ ਸਰੀਰ ਉਧਰ ਬਲਜੀਤ ਸਿੰਘ ਗੋ ਸਾਹਿਬ ਕੀ ਫੈਸਲਾ ਕਰਦੇ ਹੈ ਵੀ ਪੁਆਇੰਟ ਜਿਹੜਾ ਯਾਰ ਪੰਜਾਬ ਕੇਸਰੀ ਦੀ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਹੈ ਹਲਕੀ ਹਲਕੀ ਪੱਛੋ ਵੀ ਪੌਣ ਵਗਦੀ ਹੈ ਉਸਤਾਦ ਜੀ ਠੰਡੀ ਠੰਡੀ ਹਵਾ ਜਦ ਮੁੜਕਾ ਆਇਆ ਹੋਵੇ ਪਰ ਉਧਰ ਫੇਰ ਅਗਲੀ ਕਬੱਡੀ ਨਾਥ ਹੈ ਅੰਮ੍ਰਿਤਪਾਲ ਸਿੰਘ ਹੈ ਭਾਪ ਨੇ ਵੀ ਤਕੜੀ ਕਬੱਡੀ ਖੇਡੀ ਹੈ ਪਰ ਆਹ ਨੌਜਵਾਨ ਵੀ ਚਰਚੇ ਪੂਰੇ ਹੈ ਨਾਤੀ ਪਈ ਹੋਈ ਕਬੱਡੀ ਦੇ ਉੱਪਰ ਯਾਰ ਪੰਜਾਬ ਕੇਸਰੀ ਜਸਮਾਨੀ ਚੁੰਮ ਕੇ ਫਰਿਆਦ ਮੇਰੇ ਵੀਰੋ 2 ਸਾਲ ਕੈਨੇਡਾ ਦੇ ਕਬੱਡੀ ਕੱਪ ਦਾ ਉੱਤਮ ਬਣਨ ਵਾਲਾ ਉਸਤਾਦ ਜੀ ਬਾਕੀ ਗੱਲ ਤੁਸੀਂ ਕਰਦੇ ਹੋ ਵੀ ਕਿੰਨੀ ਉਮਰ ਹੈ ਕਿੰਨੀ ਉਮਰ ਦੇ ਵਿੱਚ ਪਹਿਲੀ ਵਾਰੀ ਇਹ ਕੈਨੇਡਾ ਖੇਡਿਆ ਤੇ ਕਿੰਨੀ ਉਮਰ ਦੇ ਵਿੱਚ ਕੈਨੇਡਾ ਦੇ ਕਬੱਡੀ ਕੱਪ ਦਾ ਬੈਸਟ ਬਣ ਗਿਆ ਲਓ ਸ਼ਾਜੀ ਦੀ ਰੇਡ ਪਈ ਹੋਈ 16 ਤੇ 22 ਦੇ ਵਿੱਚ ਫਰਿਆਦ ਉਸੇ ਫਰਿਆਦ ਦਾ ਆਹ ਵੀਰ 24 ਦੇ ਵਿੱਚ ਬੈਸਟ ਰਿਕਾਰਡ ਬਣਾਏ ਨਾ ਕਬੱਡੀ ਖਿਡਾਰੀਆਂ ਨੇ ਰਿਕਾਰਡ ਪੈਦਾ ਕਰਨ ਵਾਲੇ ਇਹ ਨੌਜਵਾਨ ਸੋ ਵਿਕਰ ਸਿੰਘ ਜੀ ਸਰਾਏ ਸਾਹਿਬ ਦਾ ਧੰਨਵਾਦ ਹੈ ਚਾਚੋਵਾਲ ਪਿੰਡ ਜਿਹਨਾਂ ਦਾ ਨਿਊਯਾਰਕ ਪਿੰਡ ਦਾ ਵੱਡਾ ਨਾਮ ਹੈ ਜਿਵੇਂ ਹੁੰਦਲ ਸਾਹਿਬ ਨੇ ਦੱਸਿਆ ਵੀ ਇਹਦਾ 5 ਗੁਣਾ ਵੀ ਕਰ ਦਿੰਦੇ ਨੇ ਬਤੌਰੇ ਸਪੋਂਸਰ ਸੋ ਬਹੁਤ ਬਹੁਤ ਧੰਨਵਾਦ ਸਿੱਖ ਯੂਥ ਸਪੋਰਟ ਸੁਸਾਇਟੀ ਵੱਲੋਂ ਲਓ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਮੈਦਾਨ ਦੇ ਵਿੱਚ ਬਿਲਾਲ ਔਰ ਦੂਸਰੇ ਪਾਸੇ ਬੱਗੇ ਪਿੰਡ ਦਾ ਮੰਗੀ ਨੀ ਜਿਹਨੇ ਦੁਨੀਆ ਕਬੱਡੀ ਦੇ ਵਿੱਚ ਰੰਗੀ ਨੀ ਵਿੱਚ ਕਬੱਡੀ ਦੇ ਰੰਗ ਲਿਆਇਆ ਆਹ ਸੁਪਰ ਸਟਾਰਾਂ ਦੇ ਵਿੱਚ ਨਾਮ ਹੈ ਆਇਆ ਸਰਵਜੀਤ ਦਾ ਕੱਦ ਦਿਸਦਾ ਤੇ ਜਿਹੜਾ ਵੀ ਮਸਤਮ ਲੱਗੀ ਨੀ ਇਹ ਬੱਗੇ ਪਿੰਡ ਦਾ ਮੰਗੀ ਨੀ ਜਿਹਨੇ ਦੁਨੀਆ ਕਬੱਡੀ ਦੇ ਵਿੱਚ ਰੰਗੀ ਨੀ 2 ਦਹਾਕੇ ਹੋ ਗਏ ਖੇਡ ਕਬੱਡੀ ਦੇ ਵਿੱਚ ਖੇਡਦੇ ਹੋਏ ਨੂੰ ਸੁਪਰ ਡੁਪਰਾਂ ਦੇ ਤੌਰ ਤੇ ਨਾਮ ਇਹਨਾਂ ਮਹਾਨ ਕਬੱਡੀ ਖਿਡਾਰੀਆਂ ਦਾ ਲਓ ਕਬੱਡੀ ਪਾਉਣ ਦੇ ਵਾਸਤੇ ਬਾਲ ਨਾ ਬੜਾ ਬੰਦਾ ਮੈਦਾਨ ਦੇ ਵਿੱਚ ਵੱਧਾ ਹੋਇਆ ਕਿ ਰਾਜਾ ਖੇਲਾ ਲਿਖਦਾ ਲਖਾਰੀ ਬਣਿਆ ਨਵਾਂ ਪਿੰਡ ਜਾਤੀ ਉੱਤੇ ਮਾਣ ਕਰਦਾ ਮੁੱਢ ਤੋਂ ਕਬੱਡੀ ਨਾਲ ਗੂੜਾ ਰਿਸ਼ਤਾ ਗੀਤਾਂ ਵਿੱਚ ਵੀ ਟੋਪੀ ਵਾਲਾ ਕਿੱਲ ਜੜਦਾ ਆਹ ਰੱਖੋ ਸਾਂਭ ਕੇ ਸਰੀਰ ਸਾਰੇ ਵੇਲੀਓ ਇਹ ਜਵਾਨੀ ਨਹੀਂ ਉਹ ਲੱਭਦੀ ਆਹ ਗੱਭਰੂ ਕਬੱਡੀ ਖੇਡਦੇ ਵੱਟਾਂ ਦੇ ਥਾਪੀ ਵੱਜਦੀ ਐਨ ਥਾਪੀਆਂ ਵੱਜਦੀਆਂ ਹੋਈਆਂ ਜ਼ੋਰਦਾਰ ਕਬੱਡੀ ਖਿਡਾਰੀ ਬਹੁਤਾ ਜ਼ੋਰ ਵੀ ਨਹੀਂ ਚੰਗਾ ਬਹੁਤਾ ਕਮਜ਼ੋਰ ਵੀ ਨਹੀਂ ਚੰਗਾ ਬਹੁਤਾ ਜਾਗਣਾ ਨਹੀਂ ਚੰਗਾ ਬਹੁਤਾ ਸੋਣਾ ਵੀ ਨਹੀਂ ਚੰਗਾ ਬਹੁਤਾ ਹੱਸਣਾ ਨਹੀਂ ਚੰਗਾ ਬਹੁਤਾ ਰੋਣਾ ਵੀ ਨਹੀਂ ਚੰਗਾ ਮੁੱਠੀ ਬੰਦ ਰਵੇ ਚੰਗੀ ਖੁੱਲੀ ਅੱਖ ਰਵੇ ਚੰਗੀ ਮੁੱਠੀ ਬੰਦ ਖੁੱਲ ਗਈ ਪਵਾੜੇ ਪਾਊਗੀ ਤੇ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਇਹ ਆਊਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ ਆਹ ਮੈਦਾਨ ਦੇ ਵਿੱਚ ਫਿਰ ਬੱਲੇ ਆਹ ਮਾਰ ਹਚਕਾ ਨੌਜਵਾਨ ਦੇਖਦੇ ਵੀ ਨਵੀਂ ਕੈਲ ਰਾਮ ਆਪਣੀ ਟੀਮ ਦੀ ਨੰਬਰ ਜੋੜਦੇ ਵਿੱਚ ਕਾਮਯਾਬ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਆ ਗਿਆ ਚਿੱਤਪਾਲ ਆ ਗਿਆ ਚਿੱਟੀ ਵਾਲਾ ਉੱਥੋਂ ਦਾ ਰੱਤੀ ਮਸ਼ਹੂਰ ਹੋਇਆ ਉੱਥੋਂ ਦਾ ਸ਼ਾਮਾ ਚਿੱਟੀ ਵਾਲਾ ਮਸ਼ਹੂਰ ਕਬੱਡੀ ਖਿਡਾਰੀ ਹੋਇਆ ਔਰ ਉੱਥੋਂ ਦੇ ਬਾਬੇ ਅਨੋਖ ਸਿੰਘ ਦੇ 2 ਪੋਤੇ ਖੇਡਦੇ ਨੇ ਇੱਕ ਜੱਗਾ ਇੱਕ ਚਿੱਤਪਾਲ ਹੈ ਉੱਗੀ ਪਿੰਡ ਹੈ ਨੀਟੂ ਜੀ ਉਹਨਾਂ ਦਾ ਨਾਲ ਚਿੱਟੀ ਪਿੰਡ ਹੈ ਨਾਲ ਮੈਦਾਨ ਦੇ ਵਿੱਚ ਬੱਲੇ ਫਿਰ ਬੱਲੇ ਹਲਿਓ ਪਾਸੇ ਵੱਡਾ ਹਵਾ ਇਹ ਦੋਵੇਂ ਭਰਾ ਨੇ ਕਜ਼ਨ ਬ੍ਰਦਰ ਨੇ ਨੰਬਰ ਤੇ ਵੀ ਲੜਾਈ ਹੈ ਦੋਨੋਂ ਲਈ ਤਾਲੀ ਮਾਰ ਦੋ ਇੱਕ ਵਾਰੀ ਜ਼ੋਰਦਾਰ ਤਾੜੀ ਨਾਲ ਕਬੱਡੀ ਖਿਡਾਰੀਆਂ ਦੇ ਵਾਸਤੇ ਸੋ ਦੋਵੇਂ ਕਜ਼ਨ ਬ੍ਰਦਰ ਸੋ ਅਗੇਂਸਟ ਖੇਡ ਰਹੇ ਨੇ ਇੱਕ ਦੂਸਰੇ ਦੇ ਸੋ ਸ਼ਾਨਦਾਰ ਮੁਕਾਬਲਾ ਜਿਹੜੀ ਟੀਮ ਜਿੱਤੂਗੀ ਅੱਜ ਦਾ ਫਾਈਨਲ ਖੇਡੂਗੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਟਾਰ ਪੇਂਟਿੰਗ ਦਾ ਵੱਡਾ ਸਹਿਯੋਗ ਹੈ WR ਰੈਚ ਦਾ ਬਹੁਤ ਵੱਡਾ ਸਹਿਯੋਗ ਹੈ ਰੀਗਲ ਇਮੀਗ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਪ੍ਰਭ ਰੈਜੀਡੈਂਸ਼ੀਅਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਜਿੰਨੇ ਵੀ ਸਰਕਾਰੀ ਹੋ ਗਈ ਪ੍ਰਭ ਰੈਸਟੋਰੈਂਟ ਐਂਡ ਕੈਟਰਿੰਗ RS ਗਿੱਲ ਐਕਸਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਦੇ ਨਾਲ A Star Doors and Building ਦਾ ਬਹੁਤ ਵੱਡਾ ਸਹਿਯੋਗ ਹੈ
ਤੇ ਵੈਸਟਰਨ ਪੈਸੀਫਿਕ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨੀਟ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਸਹਿਯੋਗ ਹੈ, ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ HHP ਹਾਈ ਪੇਂਟਿੰਗ ਦਾ ਬਹੁਤ ਵੱਡਾ ਸਹਿਯੋਗ, KBR ਦਾ ਬਹੁਤ ਬਹੁਤ ਧੰਨਵਾਦ ਹੈ, ਤੇ ਨਾਲ ਪੰਜਾਬ ਫੋਰੈਕਸ ਐਕਸਚੇਂਜ ਦਾ ਬਹੁਤ ਵੱਡਾ ਸਹਿਯੋਗ ਹੈ, ਗੋਲਡਨ ਇੰਟਰਪ੍ਰਾਈਜ਼ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਕੋਲੰਬੀਆ ਟਰੱਕ ਵਾਸ਼ ਦਾ ਬਹੁਤ ਬਹੁਤ ਧੰਨਵਾਦ, ਤੇ ਪਰਫੈਕਟ ਰੇਡੀਏਟਰਸ, ਇਹ ਸਾਰੇ ਸਪੌਂਸਰਸ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਿੱਖ ਯੂਥ ਸਪੋਰਟਸ ਸੋਸਾਇਟੀ ਵੱਲੋਂ ਲਾ ਕੇ ਦੇ ਪਾਸੇ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਲਈ ਕੌਣ ਛੋਟਾ ਨਾਥ ਕਹਿੰਦੇ ਇਸ ਨੌਜਵਾਨ ਨੂੰ, ਵਾਹ ਕਮਾਲ ਲੱਗੇ ਵੱਡੀ ਖਿਡਾਰੀ, ਲਾ ਕੇ ਦੇ ਪਾਸੇ ਹਲਕਾ ਜਿਹਾ ਪੁਸ਼ ਪਾਇਨ ਜੁੜਦਾ ਹੋਇਆ ਤਰਵੇ ਸੋਤੇ ਦੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਬਿਹਤਰੀਨ ਨੰਬਰ। ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਆ ਗਿਆ ਸ਼ਾਜੀ, ਕੋਈ ਸ਼ਹਿਜ਼ਾਦਾ ਕਹਿੰਦਾ ਪ੍ਰਿੰਸ ਆਖਿਆ ਗਿਆ, ਦੁੱਗਾ ਵਾਲੇ ਖੁਸ਼ੀ ਨੂੰ ਛੱਡਦੇ ਪੰਜਾਬ ਦਾ ਇੰਡੀਆ ਦਾ ਲੈਂਦੇ ਪੰਜਾਬ ਦਾ ਪਾਵਰ ਗੁੱਜਰ, ਪ੍ਰਿੰਸ ਹੈ ਉਹ ਵੀ ਸ਼ਹਿਜ਼ਾਦੇ, ਸ਼ਹਿਜ਼ਾਦਿਆਂ ਦੇ ਤੌਰ ਤੇ ਨਾਮ, ਇਹ ਸ਼ਹਿਜ਼ਾਦਾ ਖੇਡ ਕਬੱਡੀ ਦਾ ਆ ਸ਼ਕਰਪੁਰੀਆ ਮੈਦਾਨ ਦੇ ਅੰਦਰ, ਆ ਦੂਸਰੇ ਪਾਸੇ ਦਿਆਲਪੁਰੀਆ ਸ਼ਾਖਾ ਆ ਕੋਸ਼ਿਸ਼ ਕਰਦਾ ਨਾ ਕਰਨ ਦੀ ਹੁੰਦੀ ਹੋਈ ਕਮਾਲ ਕਬੱਡੀ, ਬਦਲੂ ਤਕਦੀਰ ਸਿੱਧਾ ਗੇੜ ਬਣ ਜਾ, ਕੁੱਖੋਂ ਜਾਏ ਤਾਈ ਮਾਂ ਆਖਦੀ ਕਿ ਪੁੱਤਾਂ ਤੂੰ ਕਬੱਡੀ ਦਾ ਪਲੇਅਰ ਬਣ ਜਾ, ਤੇਰਾ ਵੀ ਜਹਾਂ ਉੱਤੇ ਨਾ ਹੋ ਜਾਵੇ, ਦੁੱਲੇ ਗੁਰਲਾਲ ਤੇ ਸੰਦੀਪ ਵਾਂਗਰਾ ਤੇਰੀਆਂ ਵੀ ਸੱਥਾਂ ਵਿੱਚ ਗੱਲਾਂ ਹੋਣ, ਸੁਖੀ ਪੱਡੇ ਅਤੇ ਕੁਲਜੀਤ ਵਾਂਗਰ ਹੌਸਲੇ ਦੇ ਨਾਲ ਤੂੰ ਤੈਅ ਕਰ ਮੰਜ਼ਲਾ, ਡਰ ਨਾ ਸੂਰਮਾ ਦਲੇਰ ਬਣਦਾ, ਕੁੱਖੋਂ ਜਾਏ ਤਾਈ ਮਾਂ ਆਖਦੀ ਪੁੱਤਾਂ ਤੋਂ ਕਬੱਡੀ ਦਾ ਪਲੇਅਰ। ਇੱਕ ਇੱਕ ਕਬੱਡੀ ਦਾ ਇਸ਼ਾਰਾ ਹੋ ਗਿਆ ਮੈਚ ਸਿਰੇ ਦਾ, ਟੱਕਰ ਸਿਰੇ ਦੀ ਮੰਨਾ ਜੀ ਕਬੱਡੀ ਤੇ, ਕਬੱਡੀ ਦਾ ਪ੍ਰਿੰਸ ਖੁਸ਼ਦੀਪ ਦੁੱਗਾ ਵਾਲਾ ਜੇਤੂ ਕਬੱਡੀ ਆ, ਜੇਤੂ ਕਬੱਡੀ ਆ ਮੰਨਾ ਬਾਲਣ ਆਉਂਦਾ ਮੇਰੇ ਵੀਰੇ, ਧਰਮਾ ਸੋਹੋ ਧਰਦਾ ਢੇਸੀ ਜੈ ਫੌਜ ਲੱਖ ਹੋਈ ਹੈ, ਲਓ ਫੇਰ ਕਬੱਡੀ ਐਵ ਫੋੜ ਦੀ ਟੀਮ ਦੀ ਤਰਫੋ ਪੈ ਗਈ, ਰਵੀ ਕਹਿੰਦਾ ਸੋਦਰ ਸਨੀ ਐਵੇਂ ਨੀ ਬੈਸਟ ਬਣਿਆ ਕੈਨੇਡਾ ਦੇ ਇੰਗਲੈਂਡ ਦੇ ਕਬੱਡੀ ਸੀਜ਼ਨ ਦਾ, ਅੱਜ ਸਰੀ ਗੁਰੂ ਘਰ ਦਾ ਕਬੱਡੀ ਕੱਪ ਕਿਹੜੀ ਟੀਮ ਫਾਈਨਲ ਖੇਡੂ, ਰਵੀ ਦੀ ਕਬੱਡੀ ਦੇ ਉੱਪਰ ਸਰੀ ਦੇ ਨਾਲ ਟੱਕਰ ਹੋ ਗਈ, ਟੱਕਰ ਹੋ ਗਈ, ਟੱਕਰ ਹੋ ਗਈ, ਰਾਜੇ ਨੇ ਜਿਹੜੇ ਸੰਘੇ ਨੇ ਭੰਗੜਾ ਪਾਇਆ, ਸੰਘੇ ਕਿਸੇ ਗੱਲ ਨੂੰ ਪਾਇਆ, ਬਿੰਦਰ ਬਾਈ ਕਿਹੜੀ ਟੀਮ ਜਿੱਤ ਗਈ ਇਸ਼ਾਰਾ ਕਰਦੀ ਵੀ ਐਵਲ ਥੋੜੀ ਟੀਮ, ਇਸ਼ਾਰੋ ਇਸ਼ਾਰੋ ਸੀ ਫੈਸਲੋ ਕਾ, ਜਿਹੜੇ ਨਤੀਜਿਆਂ ਦੇ ਇਸ਼ਾਰੇ ਨਾਲ ਹੀ ਜਿਹੜੇ ਸਮਝ ਆਉਣੀ ਹੈ, ਦੂਰ ਤਾਜੀ ਬੈਠੇ ਪਰ ਫਿਰ ਵੀ ਉੱਚ ਕੋਟੀ ਦਾ ਮੈਚ ਜਿਹੜਾ ਮੈਦਾਨ ਦੇ